14 नवंबर ਨੂੰ ਕੁਝ ਬੰਦਿਆਂ ਨੇ ਵੜਕੇ ਘਰ ਦੇ ਅੰਦਰ ਗੋਲੀਆਂ ਚਲਾਈਆਂ ਸੀਗੀ। ਇਹ ਮੁਕਦਮੇ ਦਾ ਮਦਈ ਹਰਜੀਤ ਕੌਰ ਪਤਨੀ ਲੇਟ ਸੁਰਜੀਤ ਸਿੰਘ ਹੈ। ਇਹਦੇ ਵਿੱਚ ਕਾਰਵਾਈ ਕਰਦੇ ਹੋਏ ਸੀਸੀਟੀਵੀ ਦੀ ਫੁਟੇਜ ਦੀ ਮਦਦ ਨਾਲ ਮਦਈ ਦੇ ਬਿਆਨਾਂ ਦੇ ਆਧਾਰ ਤੇ ਆਪਾਂ ਬੰਦੇ ਨਾਮਜ਼ਦ ਕੀਤੇ ਸੀਗੇ। ਉਹਨਾਂ 'ਚੋਂ ਆਪਾਂ ਹੁਣ ਤੱਕ 4 ਬੰਦੇ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਏ, ਜਿਨ੍ਹਾਂ ਦੇ ਨਾਂ ਹੈ ਸ਼ਰਨਜੀਤ ਸਿੰਘ ਉਰਫ ਛੰਨੂ, ਸ਼ੁਭਮ, ਆਕਾਸ਼ਦੀਪ ਸਿੰਘ ਉਰਫ ਗੰਜਾ ਤੇ ਗੁਰਮਿੰਦਰ ਸਿੰਘ ਉਰਫ ਰਾਬੂ। ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਤੇ ਹੋਰ ਵੀ ਜਿਹੜੇ ਬੰਦੇ ਆ ਨਾਮਜ਼ਦ ਕੀਤੇ ਗਏ ਆ ਤੇ ਜਿਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਏਗਾ। ਇਹਨਾਂ ਵਿੱਚ ਜਿਹੜੇ 4 ਦੋਸ਼ੀ ਫੜੇ ਆ, ਇਹਨਾਂ ਦੱਸ ਦਈਏ ਕਿ ਜਿਹੜਾ ਸ਼ੁਭਮ ਉਰਫ ਚੀਨੀ ਹੈ, ਇਹਦੇ ਖਿਲਾਫ ਪਹਿਲਾਂ ਵੀ 2 ਮੁਕੱਦਮੇ ਦਰਜ ਹੈ, ਇੱਕ NDPS ਐਕਟ ਦਾ ਤੇ ਦੂਜਾ ਲੜਾਈ ਝਗੜੇ ਦਾ 326 ਦਾ। ਜਿਹੜਾ ਦੋਸ਼ੀ ਗੁਰਮਿੰਦਰ ਸਿੰਘ ਉਰਫ ਰਾਬੂ ਹੈ, ਇਹਦੇ ਖਿਲਾਫ 6 ਮੁਕੱਦਮੇ ਦਰਜ ਨੇ, ਜੇ ਜਿਹੜੇ ਕਿ ਵੱਖ ਵੱਖ ਧਾਰਾਵਾਂ ਦੇ ਤਹਿਤ ਆਮ ਸੈਕਟ ਹੋ ਗਿਆ, 307 ਹੋ ਗਈ, ਇਹ ਸਾਰੇ ਮਤਲਬ ਮੇਨਲੀ ਜਿਹੜੇ ਆ ਆਮ ਸੈਕਟ ਦੇ ਮੁਕੱਦਮੇ ਦਰਜ ਹੈ ਅਤੇ ਇਹ 2 ਗ੍ਰਿਫਤਾਰ ਇਹ ਗ੍ਰਿਫਤਾਰ ਕੀਤਾ ਗਿਆ। ਇਹਦੇ ਵਿੱਚ ਬਾਕੀ ਜਿਹੜੇ ਦੋਸ਼ੀ ਉਹਨਾਂ ਦੀ ਗ੍ਰਿਫਤਾਰੀ ਲਈ ਰੇਡ ਜਾਰੀ ਹੈ ਅਤੇ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ। ਦੇਖੋ ਜੀ, ਆਪਣੇ ਸ਼ਹਿਰ ਦੇ ਵਿੱਚ ਪੈਟਰੋਲਿੰਗ ਪੂਰੀ ਵਧਾਈ ਗਈ ਹੈ, ਜਿਹੜੇ ਕਿ ਵਾਰਦਾਤਾਂ ਹੋਈ ਵੀ ਹੈ ਪਿਛਲੇ ਦਿਨੋਂ, ਉਹ ਸਾਰੀ ਟਰੇਸ ਕੀਤੀ ਗਈ ਹੈ। 3 ਦੇ ਬਾਰੇ ਮੈਂ ਤੁਹਾਨੂੰ ਅੱਜ ਦੱਸਿਆ ਅਤੇ ਕੋਈ ਵੀ ਮੁਕਦਮਾ ਆਪਣਾ ਜਿਹੜਾ ਇੱਦਾਂ ਦਾ ਨਹੀਂ ਹੈ ਕਿ ਬਈ ਅਨਟਰੇਸ ਫਿਲਹਾਲ ਹੋਏ। ਆਪਾਂ ਆਪਣੀ ਜਿਹੜੀ ਸਾਡੀ ਪੁਲਿਸ ਹੈ ਪੂਰੀ ਸਤਰਕ ਹੈ, ਪੂਰੀ ਮਿਹਨਤ ਨਾਲ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਜਲਦ ਤੋਂ ਜਲਦ ਵਿਦਿਨ 24 ਆਵਰ ਸਾਡੀ ਕੋਸ਼ਿਸ਼ ਹੁੰਦੀ ਕਿ ਬੰਦੇ ਨੂੰ ਫੜ ਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਅਸੀਂ ਦੇਖਦੇ ਹਾਂ ਕਿ ਇਹ ਲੋਕਾਂ ਕੋਲ ਜਿਹੜੇ ਲਾਇਸੈਂਸ ਵੈਪਨ ਵੀ ਨੇ ਜਾਂ ਇਲੀਗਲ ਵੀ ਨੇ, ਤਾਂ ਅਕਸਰ ਫਾਇਰਿੰਗ ਜਿਹੜਾ ਮੁੱਖ ਕਾਰਨ ਬਣਦੀ, ਛੋਟੀ ਝੜਪ ਵੀ ਹੁੰਦੀ ਹੈ ਤਾਂ ਉਸ ਵਿੱਚ ਗੋਲੀ ਚੱਲਣ ਦੀ ਗੱਲ ਪਤਾ ਲੱਗ ਜਾਂਦੀ ਹੈ। ਜਿਹਦੇ ਕਿ ਜਿਹੜੇ ਨਜਾਇਜ਼ ਜਿਹੜੇ ਇਸ ਤਰ੍ਹਾਂ ਲੋਕਾਂ ਕੋਲ ਜਿਹੜੇ ਮਿਸਯੂਜ਼ ਕਰ ਰਹੇ ਨੇ, ਕੋਈ ਲਾਇਸੈਂਸ ਵਗੈਰਾ ਰੱਦ ਕਰਨ ਦਾ ਕੋਈ? ਹਾਂਜੀ ਬਿਲਕੁਲ, ਜਿਹੜੇ ਵੀ ਬੰਦੇ ਦੇ ਖਿਲਾਫ ਕੋਈ ਮੁਕਦਮਾ ਦਰਜ ਹੁੰਦਾ ਉਹਦੇ ਖਿਲਾਫ ਲਿਖ ਕੇ ਭੇਜਿਆ ਜਾ ਰਿਹਾ ਤੇ ਉਹਨਾਂ ਦੇ ਲਾਇਸੈਂਸ ਜਲਦ ਕੈਨਸਲ ਵੀ ਕਰਾਏ ਜਾਣਗੇ। ਸਰ, ਸ਼ਹਿਰ 'ਚ ਕਈ ਲੜਕੇ ਪੀਓ ਦੀ ਜਿਹੜੀ ਬੜੀ ਪਰਿਵਾਰ ਹੈ, ਕਿੰਨੇ ਕੁ ਹੁਣ ਤੱਕ ਪੀਓ ਪਿਛਲੇ 3 ਮਹੀਨੇ 'ਚ ਅਰੈਸਟ ਹੋ ਚੁੱਕੇ? ਮੈਨੂੰ ਡੇਟਾ ਕਢਾਉਣਾ ਪੈਣਾ ਹੈ, ਇੱਦਾਂ ਦਾ ਮੈਂ ਦੱਸ ਨਹੀਂ ਸਕਦਾ। ਗਵਰਨਮੈਂਟ ਦੇ ਮੁਕਦਮੇ ਬਾਰੇ ਹੈ। ਹੋਲੀ ਸਿਟੀ ਦੇ ਸਾਹਮਣੇ ਇੱਕ ਕਤਲ ਹੋਇਆ ਸੀਗਾ, ਗੁਰਪ੍ਰਵੇਸ਼ ਸਿੰਘ ਪੁੱਤਰ ਬਲਵਿੰਦਰ ਸਿੰਘ ਦਾ, 24/10 ਨੂੰ, ਅਤੇ ਉਹਦੇ ਤਹਿਤ ਇੱਕ 191 ਨੰਬਰ ਮੁਕਦਮਾ ਰਜਿਸਟਰ ਹੋਇਆ ਸੀ ਕੰਟੋਨਮੈਂਟ ਥਾਣੇ, ਜਿਹਦੇ ਵਿੱਚ ਹੁਣ ਤੱਕ 4 ਦੋਸ਼ੀ ਗ੍ਰਿਫਤਾਰ ਕਰ ਲਏ ਗਏ ਹੈ। ਪਹਿਲੇ ਦੋਸ਼ੀ ਦਾ ਨਾਂ ਹੈ ਗੁਰਜੰਟ ਸਿੰਘ ਉਰਫ ਗੁਰਜੰਟ ਸਿੰਘ, ਦੂਜੇ ਦਾ ਹੈ ਸਿਮਰਜੀਤ ਸਿੰਘ, ਤੀਜਾ ਦੋਸ਼ੀ ਜਿਹੜਾ ਲਵਦੀਪ ਕੁਮਾਰ ਉਰਫ ਲਵਲੀ, ਅਤੇ ਤੀਜਾ ਸਨਬੀਰ ਸਿੰਘ ਪੁੱਤਰ ਕੁਲਵਿੰਦਰ ਸਿੰਘ। ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ 'ਚੋਂ ਇੱਕ ਰਾਈਫਲ 12 ਬੋਰ ਅਤੇ ਦੂਜਾ ਕੀ ਕੀਤਾ ਸਮਝਦੇ, ਇੱਕ ਰਾਈਫਲ ਬਰਾਮਦ ਕੀਤੀ ਹੈ। ਇਹਦੇ ਵਿੱਚ ਇੱਕ ਖਾਸ ਤੁਹਾਨੂੰ ਗੱਲ ਦੱਸ ਦਈਏ ਕਿ ਜਿਹੜਾ ਸਨਬੀਰ ਸਿੰਘ ਹੈ, ACP ਕਮਲਜੀਤ ਅਤੇ ਨਾਲ SHO ਕੰਟੋਨਮੈਂਟ, ਇਹਨਾਂ ਨੇ ਬੜੀ ਮਤਲਬ ਸੂਝਬੂਝ ਨਾਲ ਬੜੀ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਜਦੋਂ ਇਹ ਕੰਟਰੀ ਛੱਡਣ ਲੱਗਿਆ ਸੀਗਾ ਕੋਲਕਾਤਾ ਤੋਂ, ਇਹਨੂੰ ਬੋਰਡਿੰਗ ਗੇਟ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਉੱਥੋਂ ਇਹਨੂੰ ਫੜ ਕੇ ਲੈ ਕੇ ਆਏ ਹਾਂ। ਹੁਣ ਤੱਕ 4 ਦੋਸ਼ੀ ਦੇ ਵਿੱਚ ਗ੍ਰਿਫਤਾਰ ਹੋ ਗਿਆ ਅਤੇ ਬਾਕੀ ਆਪਣੀ ਤਫਤੀਸ਼ ਜਾਰੀ ਹੈ। ਸਰ, ਕਿੰਨੇ ਦਿਨ ਦਾ ਰਿਮਾਂਡ ਮਿਲੇ? ਰਿਮਾਂਡ ਕਿੰਨੇ ਦਿਨ ਦਾ? 3 ਦਿਨ ਦਾ ਰਿਮਾਂਡ ਮਿਲਿਆ। ਕੋਈ ਹੋਰ ਪਹਿਲਾ ਪਰਚਾ ਹੈ ਜੀ? ਇਹਨਾਂ ਦੀ ਹਜੇ ਕਢਾ ਰਹੀ ਹੈ ਆਪਾਂ, ਕ੍ਰਾਈਮ ਇਹਨਾਂ ਦੀ ਹਿਸਟਰੀ ਕੀ ਹਿਸਟਰੀ ਹੈ ਔਰ ਫਿਰ ਤੁਹਾਨੂੰ ਪ੍ਰੈਸ ਨੋਟ ਸ਼ੇਅਰ ਕਰ ਦਾਂਗੇ। ਆਪਣਾ ਇਲੀਗਲ ਹੈ ਜਾਂ ਨਹੀਂ? ਇਹ 12 ਬੋਰ ਦੀ ਰਾਈਫਲ ਹੈ, ਡਬਲ ਬੈਰਲ, ਉਹ ਲਾਇਸੈਂਸਡ ਹੈ, ਲਾਇਸੈਂਸੀ ਹੈ।